मोगा दे बग्गा पुराने दे दीन पेंदे पिंड आलमवाला विखे अज बाद दोपहर तकरीबन 1 बजे कार सवार 12 साल दे बच्चे नूं अगवा करके फरार होए हन। मौके ते पहुंची पुलिस मुढली जानकारी हासिल करने मगरों अगवाकारां दा सुराग लाउण च जुट गई है। अमनदीप सिंह पुत्र गुरदीप सिंह पिंड आलमवाला दोस्त नाल घर दे बाहर गेट ते खड़ा सी। बाद दोपहर तकरीबन 1 बजे मरूती कार च सवार नौजवानां ने बच्चों कोलों पीण वाला पानी मंगिया। एक बच्चा घर दे अंदर पानी लैण लई चला गया। इसे दौरान ही मरूती च सवार नौजवान अमनदीप सिंह नूं अगवा करके फरार हो गए। डीएसपी जगजीत सिंह रंधावा ने दसाया कि अगवा करन दा सुराग लाउण लई सीसीटीवी कैमरे चेक किए जा रहे हैं। पुलिस के मुताबिक हाले तक अगवा करन दा कोई भी पता नहीं लग सका है। की नाम तुहाडा? मेरा आकाशदीप जी। ते तुसी दुकान ते सीगे, बच्चा खेडी जांदा, की गलबात हुई? ए होना ही, उन्होंने आ गए सानू आदे कहंदे ना ही पानी लिया, उन्होंने गड्डी ना बैक करके, उन्होंने पहला धुप्पे लाड़ी, फिर उन्होंने बैग गड्डी करके मैं आते कहते पानी पी ला, वह आते कहते पानी पीना ही, तो बाद चो ना सू आते कहें कहते पल्ले बनाने, तो बाद चो है ना वो मुंडे मैनू ना इतने धक्का मार के सट गए, तो मुंडे को भ्या के लै के, तो मैं वट्टा भी मारा ही है, मगर वजा नहीं गड्डी के शीशे चो। किन्ने जने सी? दो जने से, मुंडे से। कड़ी गड्डी सी? मरूती सी जी। कोई गड्डी का नंबर वगैरह नोट किया? नहीं, मैं पता नहीं है जी। तो आए कड़ी साइड तो सी? ਇਧਰਲੀ ਸਾਈਡ ਤੋਂ ਆਈ ਸੀਗੀ। ਬਾਗਾ ਪੁਰਾਣਾ ਸਾਈਡ? ਹਾਂਜੀ। ਕਿਹੜੀ ਸਾਈਡ ਨੂੰ ਗਏ ਹੈਗੇ? ਐਨੂੰ ਗਏ ਸੀ। ਕੀ ਨਾਮ ਜੀ ਤੁਹਾਡਾ? ਸਿਮਰਜੀਤ ਕੌਰ ਵੀਰ ਮੇਰਾ। ਕੀ ਜਿਹੜੀ ਘਟਨਾ ਹੋਈ ਹੈ, ਬੱਚਾ ਕਿ ਕਿੱਥੇ ਸੀਗਾ ਜੀ ਜਿਹੜਾ ਤੁਹਾਡਾ ਬੱਚਾ ਚੱਕਿਆ ਗਿਆ? ਉਹ ਦੁਕਾਨ ਤੇ ਸੀਗਾ, ਸਾਡੀ ਦੁਕਾਨ ਹੈ ਇੱਥੇ, ਇੱਥੇ ਕੰਮ ਕਰਦੇ ਨੇ, ਇੱਥੇ ਇੱਥੇ ਖੇਡਦੇ ਆ। ਤੇ ਕੌਣ ਸੀ ਬੰਦੇ ਜਾਂ ਪਤਾ ਲੱਗਿਆ? ਵੀਰੇ ਕੋਈ ਪਤਾ ਨਹੀਂ, ਕੋਈ ਅਣਪਛਾਤੇ ਹੀ ਸੀਗੇ, ਕੋਈ ਸਾਨੂੰ ਪਤਾ ਨਹੀਂ ਉਹਨਾਂ ਦਾ ਵੀ ਉਹ ਕੌਣ ਹੈ ਕੌਣ ਨਹੀਂ ਹੈਗਾ, ਸਾਨੂੰ ਕੋਈ ਪਤਾ ਨਹੀਂ ਕੌਣ। ਕਿਹੜੀ ਸਾਈਡ ਤੋਂ ਆਏ ਵਗੈਰਾ ਸੀ ਜਾਂ ਕਿਹੜੀ ਸਾਈਡ ਤੋਂ? ਬਾਗੇ ਪੁਰਾਣੇ ਅੱਲਿੰਗੋਂ ਆਏ ਆ, ਮੁੱਦਕੀਅਲ ਨੂੰ ਗਏ ਆ। ਤੇ ਕਿਸੇ ਨਾਲ ਕੋਈ ਪਹਿਲਾਂ ਕੋਈ ਗੱਲਬਾਤ ਹੋਈ ਹੈ ਤੁਹਾਡੀ ਕਦੇ? ਵੀਰੇ ਮੇਰੀ ਤਾਂ ਕੋਈ, ਸਾਡੀ ਤਾਂ ਇਹੋ ਜੀ ਹੈ ਨਹੀਂ ਕਿਸੇ ਨਾਲ, ਜੇ ਹੈਗੀ ਕੋਈ ਡਿਮਾਂਡ ਰੱਖ ਦੇਣ ਅਸੀਂ ਉਹ ਜੀ ਪੂਰੀ ਕਰ ਦਾਂਗੇ, ਪਰ ਮੁੰਡਾ ਮੋੜ ਦੇਣ ਮੇਰਾ। ਇੱਥੇ ਕੋਈ ਸੀਸੀਟੀਵੀ ਕੈਮਰਾ ਲੱਗੇ ਹੋਏ ਆ? ਹਾਂਜੀ, ਆ ਤੋਂ ਅੱਛੀ ਅੰਦਰ ਲੱਗੇ ਹੋਏ ਉਹਨਾਂ ਦੇ। ਇਹਦੇ ਬਾਰੇ ਲੱਕੜ ਦੀ ਦੁਕਾਨ ਇੱਥੇ ਦੱਸਿਆ ਸੀ, ਜਿਹੜੀ ਇਹਦੀ ਮਦਰ ਹੈ ਹੁਣ ਮਿਲੀ ਹੈ ਮੈਨੂੰ, ਵੀ ਇਸਦਾ ਬੱਚਾ ਇੱਥੇ ਸੀਗਾ ਦੁਕਾਨ 'ਤੇ, ਇੱਕ ਲੜਕਾ ਹੋਰ ਸੀਗਾ, ਅਤੇ ਉਹ ਗੱਡੀ ਬੈਕ ਕਰਕੇ ਪਾਣੀ ਪੀਣ ਲਈ ਮੰਗਿਆ ਵਾ, ਅਤੇ ਉਸ ਤੋਂ ਬਾਅਦ ਉਹਨੇ ਕਿਹਾ ਕਾਪੀ ਲਿਆਓ, ਮੇਰਾ ਨੰਬਰ ਨੋਟ ਕਰ ਲਓ, ਔਡਰ ਦੇਣਾ ਵਾ, ਅਤੇ ਉਹਨੂੰ ਨਾਲ ਬਿਠਾ ਕੇ ਲੈ ਗਿਆ। ਜਿਸ ਬਾਰੇ ਤਲਾਸ਼ ਕਰ ਰਹੇ ਹਾਂ, ਤਫਤੀਸ਼ ਜਾਰੀ ਹੈ। ਸਰ ਕਿੰਨੇ ਚਿਰ ਦਾ ਬੱਚਾ, ਕਿੰਨੇ ਸਾਲ ਦਾ ਬੱਚਾ? 10 ਸਾਲ ਦਾ ਬੱਚਾ ਹੈ, ਤਕਰੀਬ 12:30 ਵਜੇ ਦੀ ਵਕੂਆ ਹੈ ਅੱਜ ਦਾ। ਸਰ ਪਤਾ ਲੱਗਿਆ ਕੋਈ ਕਾਹਦੇ 'ਤੇ ਆਏ ਸੀ, ਕਿੱਧਰੋਂ ਆਏ ਸੀ? ਮਾਰੂਤੀ ਕਾਰ ਦੱਸਿਆ ਜੋ ਦੂਜਾ ਲੜਕਾ ਸੀ ਉਸਨੇ, ਕਿ ਬਾਘਾ ਪੁਰਾਣਾ ਸਾਈਡ ਤੋਂ ਆਇਆ। ਸਰ ਪੁਲਿਸ ਵੱਲੋਂ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਤਫਤੀਸ਼ ਕਰ ਰਹੇ ਹਾਂ, ਮੁਕੱਦਮਾ ਦਰਜ ਕਰਕੇ ਸਾਰੇ ਐਂਗਲ ਤੋਂ ਲੱਭ ਰਹੇ ਹਾਂ। ਪਤਾ ਲੱਗਿਆ ਇਹਨਾਂ ਦੀ ਕੋਈ ਕਿਸੇ ਨਾਲ ਕੋਈ ਰੰਜਿਸ਼ ਵਗੈਰਾ? ਨਹੀਂ, ਫਿਲਹਾਲ ਇਹੋ ਜਿਹੀ ਗੱਲ ਕੋਈ ਸਾਹਮਣੇ ਨਹੀਂ। ਮੋਗਾ ਤੋਂ ਬਿੱਟੂ ਪੂਰਬਾ ਦੀ ਰਿਪੋਰਟ, ਪੰਜਾਬ ਟੂਡੇ।